ਮੈਂ ਧੱਕੇ ਰਹੀਆਂ ਖਾ ਲੋਕੋ ਉਹੀ ਸੁਣ ਲੈਂਦੀ ਲੋਕੋ ਅੱਜ ਹੁੰਦੀ ਜੇ ਮੇਰੀ ਧੀ ਲੋਕੋ ਦੁੱਖ ਉਹੀ ਸੁਣ ਲੈਂਦੀ ਲੋਕੋ ਨਾ ਮਾਰੋ ਭੁੱਖ ਵਿੱਚ ਧੀ ਲੋਕੋ ਨਾ ਮਾਰੋ ਭੁੱਖ ਵਿੱਚ ਧੀ ਲੋਕੋ ਬਸ ਧੀਆਂ ਫੜਦੀਆਂ ਮਾਂ ਲੋਕੋ ਜੇ ਮੈਂ ਪੰਜ ਪੁੱਤਰਾਂ ਦੀ ਮੇਰੀਆਂ ਧੀਆਂ ਬੈਠੀਆਂ ਭੈਣਾਂ ਮੇਰੀਆਂ ਮੇਰੀਆਂ ਮਾਵਾਂ ਬਜ਼ੁਰਗ ਸਾਹਿਬਾਨ ਬੱਚੇ ਯੰਗ ਵੀਰ ਤੁਹਾਡੇ ਸਾਰਿਆਂ ਨੂੰ ਵੇਖ ਕੇ ਗਾਉਣਾ ਮਿਹਰਬਾਨੀ ਥੈਂਕ ਯੂ ਸੁਭਾਅ ਸਰਾ ਮਾਨ ਬਹੁਤ ਸਰਾ ਸਤਿਕਾਰ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਹਜ਼ਰਤ ਦਾਤਾ ਪੰਜ ਪੀਰ ਸੱਚੀ ਸਰਕਾਰ ਔਰ ਸਾਰੇ ਹੀ ਖਹਿਰਾ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਹੈ ਜੀ। ਪਾਣੀ ਦੀ ਸੇਵਾ ਜਿਹੜੇ ਕਰ ਰਹੇ ਨੇ ਸਰਦਾਰ ਸੁਖਦੇਵ ਸਿੰਘ ਜੀ ਔਰ ਨਜ਼ਰ ਦੀਆਂ ਐਨਕਾਂ ਦੀ ਵੀ ਸੇਵਾ ਕਰਵਾਈ ਹੈ ਇਸ ਵੇਲੇ 'ਤੇ। ਦਾਤਾ ਜੀ ਉਹਨਾਂ ਨੂੰ ਹੋਰ ਤਰੱਕੀਆਂ ਬੁਲੰਦੀਆਂ ਬਖਸ਼ਾਂ ਰਹਿਮਤਾਂ ਦੇ ਨਾਲ ਨਵਾਜਨ। ਸਾਡੇ ਵੀਰ ਬੱਲੀ USA ਤੋਂ ਬਹੁਤ ਸਾਰਾ ਮਾਣ ਭੇਜਦੇ ਨੇ ਸਾਨੂੰ ਸਤਿਕਾਰਯੋਗ ਸਰਦਾਰ ਪੂਰਨ ਸਿੰਘ ਜੀ ਮਿਸਤਰੀ ਸਾਹਿਬ ਉਹਨਾਂ ਦੇ ਸਾਹਿਬਜ਼ਾਦੇ ਉਹਨਾਂ ਵੱਲ ਬਹੁਤ ਸਾਰਾ ਮਾਣ ਔਰ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਆ ਰਿਹਾ ਜੀ। ਜਿੰਨਾ ਵੀ ਨੇਕ ਕਮਾਈਆਂ ਦੇ ਵਿੱਚੋਂ ਤੁਸੀਂ ਮਾਣ ਭੇਜ ਰਹੇ ਹੋ ਦਾਤਾ ਤੁਹਾਨੂੰ ਦੋਣੀਆਂ ਚੋਣੀਆਂ ਕਰਕੇ ਵਾਪਸ ਦੇਣ ਚੜ੍ਹਦੀਆਂ ਕਲਾ ਘਰਾਂ ਦੇ ਵਿੱਚ ਖੈਰਾਂ ਬਰਕਤਾਂ ਰਹਿਣ।
ਕਿਉਂਕਿ ਇਹਨਾਂ ਉੱਚੜੇ ਰੋਜੇ ਵਾਲਿਆਂ ਦੀ ਦਰਗਾਹ ਵਿੱਚ ਵੀ ਸਰਦਾਰੀ ਹੈ, ਇਹਨਾਂ ਉੱਚੜੇ ਰੋਜੇ ਵਾਲਿਆਂ ਦੀ ਦਰਗਾਹ ਵਿੱਚ ਵੀ ਸਰਦਾਰੀ ਹੈ। ਇੱਥੋਂ ਲੱਖਾਂ ਲੋਕ ਤਰ ਗਏ ਨੇ, ਇਹਨਾਂ ਨਜ਼ਰ ਜੀ ਦੇ ਵੱਲ ਮਾਰੀ ਹੈ। ਪੰਜ ਪੀਰਾਂ ਦਾ ਮੰਗਤਾ ਬਣ ਤੇ ਸਹੀ, ਸ਼ਾਹਾਂ ਦਾ ਸ਼ਾਹ ਅਖਵਾਵੇਂਗਾ, ਜੇ ਰਹਿਮਤ ਹੋ ਗਈ ਤੇਰੇ 'ਤੇ ਹਰ ਥਾਂ 'ਤੇ ਨਵਾਜਿਆ ਜਾਵੇਗਾ। ਇਹ ਉਹ ਸੱਚੀਆਂ ਸਰਕਾਰਾਂ ਨੇ ਜਿੱਥੋਂ ਹਰ ਵਕਤ ਮੁਰਾਦਾਂ ਮਿਲਦੀਆਂ ਨੇ, ਰਹਿਮਤਾਂ ਦੇ ਨਾਲ ਝੋਲੀਆਂ ਭਰਦੀਆਂ ਨੇ, ਕਿ ਦੇਖਾ ਵੀ ਹੈ ਔਰ ਅਜਮਾਇਆ ਵੀ ਹੈ ਕਿ ਤੇਰੇ ਦਰ ਸੇ ਕੋਈ ਖਾਲੀ ਨਹੀਂ ਜਾਤਾ, ਝੋਲੀਆਂ ਸਭ ਕੀ ਭਰੀ ਦੇਖੀ ਹੈ ਮਗਰ ਦੇਣੇ ਵਾਲਾ ਨਜ਼ਰ ਨਹੀਂ ਆਤਾ। ਸੋ ਜੋ ਵੀ ਆ ਕੇ ਤੁਸੀਂ ਇਸ ਦਰਬਾਰ 'ਤੇ ਮੰਗਦੇ ਹੋ ਉਹ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਔਰ ਸਾਡੇ ਪੰਜਾਬ ਲਾਈਵ ਟੀਵੀ ਤੋਂ ਲਾਈਵ ਕਰ ਰਹੇ ਨੇ ਵਰਲਡ ਵਾਈਡ, ਉਹਨਾਂ ਦੀ ਪੂਰੀ ਟੀਮ ਦਾ ਵੀ ਧੰਨਵਾਦ। ਸਾਡੇ ਡਿੰਪੀ ਸਾਊਂਡ ਸਰਵਿਸ ਜਲੰਧਰ ਵਾਲੇ, ਸੋ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਦੇ ਜ਼ਰੀਏ ਸਾਡਾ ਇੱਕ ਇੱਕ ਬੋਲ ਤੁਹਾਡੇ ਕੰਨਾਂ ਤੱਕ ਪੈ ਰਿਹਾ ਹੈ, ਬੜੇ ਵਧੀਆ ਢੰਗ ਦੇ ਨਾਲ ਅਪਰੇਟ ਕਰ ਰਹੇ ਨੇ। ਸੋ ਧੰਨਵਾਦ ਸਾਡੇ ਸੋਹਤਾ ਸਾਹਿਬ, ਥੈਂਕ ਯੂ, ਸ਼ੁਕਰੀਆ। ਹਾਂਜੀ, ਮੈਂ ਮਾਵਾਂ ਵਾਸਤੇ ਗਾਇਆ, ਮੈਂ ਧੀਆਂ ਵਾਸਤੇ ਵੀ ਗਾਉਣਾ, ਮੈਂ ਸੱਸਾਂ ਵਾਸਤੇ ਵੀ ਗਾਉਣਾ, ਨੂੰਹਾਂ ਵਾਸਤੇ ਵੀ ਗਾਉਣਾ। ਅੱਛਾ, ਸੱਸਾਂ ਵੀ ਗਿਆਨ ਲੈ ਕੇ ਜਾਣਗੀਆਂ ਮੇਰੇ ਕੋਲ, ਨੂੰਹਾਂ ਵੀ ਲੈ ਕੇ ਜਾਣਗੀਆਂ, ਫਿਰ ਲੜਾਈ ਨਹੀਂ ਘਰ 'ਚ ਪਏਗੀ ਜਿਹੜੀਆਂ ਮੈਂ ਗੱਲਾਂ ਕਰਨੀਆਂ। ਇੱਦਾਂ ਪਿਆਰ ਨਾਲ ਸੁਣਦੇ ਰਹੋ। ਹੁਣ ਰੂਹ ਅਤੇ ਬੁੱਤ ਦੀ ਗੱਲ, ਜਦੋਂ ਅਸੀਂ ਜਨਮ ਲੈਂਦੇ ਹਾਂ, ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਦੇ ਹਾਂ, ਅਸੀਂ ਕਾਮ ਕ੍ਰੋਧ ਮੋਹ ਹੰਕਾਰ ਲੋਭ ਇਹਨਾਂ ਚੀਜ਼ਾਂ ਨੂੰ ਅਪਣਾਉਂਦੇ, ਲਾਲਚ। ਹੁਣ ਇੱਕ ਇਨਸਾਨ ਉਹਦੀ ਸੋਚ ਕੀ ਆ ਕਿ ਮੈਂ ਇੰਨਾ ਕੁ ਕਮਾਉਣਾ, ਇੰਨਾ ਕੁ ਕਮਾਉਣਾ, ਮੇਰੀਆਂ 3-4 ਪੀੜ੍ਹੀਆਂ ਆਉਣ ਵਾਲੀਆਂ ਖਾਣ, ਮੇਰੇ ਪੋਤਰੇ ਪੜਪੋਤੜੇ ਕਹਿਣਗੇ ਸਾਡਾ ਦਾਦਾ ਪੜਦਾਦਾ ਕਮਾ ਕੇ ਗਿਆ, ਉਹਦੀ ਖਾ ਰਿਹਾ, ਮੇਰੀ ਬੱਲੇ ਬੱਲੇ ਕਰਨਗੇ। ਜਦੋਂ ਮੈਂ ਮੰਜੀ 'ਤੇ ਪੈ ਗਿਆ, ਮੇਰੀ ਔਲਾਦ ਸਾਂਭੇਗੀ, ਮੈਨੂੰ ਲਈ ਫਿਰੇਗੀ, ਪਿਆਰ ਕਰੇਗੀ। ਪਰ ਨਹੀਂ, ਇਹ ਕਲਯੁੱਗ ਆ, ਉਲਟ ਹੋ ਗਿਆ। ਹੁਣ ਜਦੋਂ ਗੁਨਾਹਾਂ ਦੀ ਜ਼ਿੰਦਗੀ ਨੂੰ ਅਪਣਾਉਣ ਲੱਗਾ ਇਨਸਾਨ, ਤਾਂ ਰੂਹ ਸਾਡੀ ਬੜੀ ਪਵਿੱਤਰ ਹੁੰਦੀ ਆ, ਰੂਹ ਗਾਈਡ ਕਰਦੀ ਆ ਸਾਡੇ ਬੁੱਤ ਨੂੰ ਕਿ ਇੱਦਾਂ ਨਾ ਕਰ। ਅਸੀਂ ਗੁਨਾਹ ਕਰਦੇ ਹਾਂ ਅੱਖਾਂ ਨਾਲ, ਹੱਥਾਂ ਨਾਲ, ਪੈਰਾਂ ਨਾਲ ਤੁਰ ਕੇ ਜਾਂਦੇ ਹਾਂ ਗੁਨਾਹ ਕਰਨ ਵਾਸਤੇ, ਅਤੇ ਰੂਹ ਕਹਿੰਦੀ ਜੋ ਤੇਰੇ ਮਾਇੰਡ ਵਿੱਚ ਹੈ ਨਾ, ਜੋ ਤੂੰ ਸੋਚ ਆ ਤੇਰੀ, ਉਹ ਨਹੀਂ ਹੋਣਾ, ਪਛਤਾਏਗਾ। ਕਹਿੰਦਾ ਨਾ, ਮੈਂ ਸੱਤਾਂ ਪੱਤਣਾਂ ਦਾ ਤਾਰੂ ਹਾਂ। ਰੂਹ ਨੂੰ ਕਹਿੰਦਾ ਬੁੱਤ, ਮੈਂ ਸੱਤਾਂ ਪੱਤਣਾਂ ਦਾ ਤਾਰੂ ਹਾਂ। ਰੂਹ ਕਹਿੰਦੀ ਚੰਗਾ, ਆਪਣੀ ਮਰਜ਼ੀ ਕਰ, ਜਦੋਂ ਸਮਾਂ ਆ ਗਿਆ ਨਾ, ਮੈਂ ਫਿਰ ਤੈਨੂੰ ਦੱਸੂ। ਹੁਣ ਸੁਣਾ, ਆ ਮਰਜ਼ੀ ਕੀਤੀ ਇਨਸਾਨ ਨੇ, ਬੁੱਤ ਨੇ ਮਰਜ਼ੀ ਕੀਤੀ, ਜਦੋਂ ਸਮਾਂ ਆ ਗਿਆ, ਮੰਜੀ 'ਤੇ ਪੈ ਗਿਆ, ਅਤੇ ਰੂਹ ਆ ਗਈ, ਆਂਦੀ ਹੁਣ ਤੇਰੇ ਨਾਲ ਪਤਾ ਕੀ ਹੋਣਾ, ਦੱਸਾਂ? ਆਂਦਾ ਦੱਸ। ਕੀ ਕਹਿੰਦੀ ਰੂਹ ਬੁੱਤ ਨੂੰ ਕਹਿ ਰਹੀ, ਤੂੰ ਲੋਭ ਹੀ ਅੱਗੇ ਕਰ ਰੱਖਿਆ, ਨਾ ਰੱਬ ਦਾ ਜਿੰਦੇ ਡਰ ਰੱਖਿਆ, ਤੂੰ ਲੋਭ ਹੀ ਅੱਗੇ ਕਰ ਰੱਖਿਆ, ਨਾ ਰੱਬ ਦਾ ਜਿੰਦੇ ਡਰ ਰੱਖਿਆ, ਤੇਰੇ ਨਾਲ ਤੇ ਕੁਝ ਵੀ ਨਹੀਂ ਚੱਲਿਆ, ਜੋ ਕੁਝ ਸੀ ਲੁੱਟਿਆ, ਜਿੰਦੇ ਮੁੱਕਦੀ ਮੁੱਕਦੀ ਤੂੰ ਮੁੱਕ ਗਈ ਨੀ, ਤੇਰਾ ਲੋਭ ਨਾ ਮੁੱਕਿਆ।
ਤੂੰ ਮੁੱਕ ਗਈ ਏ ਤੇਰਾ ਲੋਭ ਨਾ ਮੁੱਕਿਆ ਬਸ ਮੂੰਹ ਦੀ ਮਿੱਠੀ ਰਹਿ ਕੇ ਤੂੰ ਨਿੱਤ ਆਪਣਿਆਂ ਨੂੰ ਠੱਗਦੀ ਰਹੀ ਅੱਖਾਂ ਤੇ ਪੱਟੀ ਪੱਤੀ ਸੀ ਨੀ ਤੇਰੀ ਤਾਰ ਪੈਸੇ ਤੇ ਵੱਜਦੀ ਰਹੀ ਬਸ ਮੂੰਹ ਦੀ ਮਿੱਠੀ ਰਹਿ ਕੇ ਤੂੰ ਨਿੱਤ ਆਪਣਿਆਂ ਨੂੰ ਠੱਗਦੀ ਰਹੀ ਅੱਖਾਂ ਤੇ ਪੱਟੀ ਪੱਤੀ ਸੀ ਨੀ ਤੇਰੀ ਤਾਰ ਪੈਸੇ ਤੇ ਵੱਜਦੀ ਰਹੀ ਪੱਤਣਾ ਦਾ ਤਾਰੂ ਡੁੱਬ ਚੱਲਿਆ ਰੂਹ ਕਹਿੰਦੀ ਤੂੰ ਜਵਾਨੀ ਵੇਲੇ ਕਿਹਾ ਸੀ ਮੈਂ ਸੱਤਾਂ ਪੱਤਰਾਂ ਦਾ ਤਾਰੂ ਹਾਂ ਹੁਣ ਕਿੱਥੇ ਡੁੱਬਣ ਲੱਗਾ ਪੱਤਣਾ ਦਾ ਤਾਰੂ ਡੁੱਬ ਚੱਲਿਆ ਜਿੱਥੇ ਥਾਂ ਸੀ ਸੁੱਕਿਆ ਜਿੰਦੇ ਮੁੱਕਦੀ ਮੁੱਕਦੀ ਤੂੰ ਮੁੱਕ ਗਈ ਏ ਤੇਰਾ ਲੋਭ ਨਾ ਮੁੱਕਿਆ ਜਿੰਦੇ ਮੁੱਕਦੀ ਮੁੱਕਦੀ ਤੂੰ ਮੁੱਕ ਗਈ ਏ ਤੇਰਾ ਲੋਭ ਨਾ ਮੁੱਕਿਆ ਹੁਣ ਰੂਹ ਕਹਿੰਦੀ ਆਹ ਜਿਹੜਾ ਤੂੰ ਬੜਾ ਤਕੜਾ ਆਪਣੀ ਹਵੇਲੀ 'ਚ ਮਹਿਲ ਬਣਾਇਆ ਨਾ ਇਹਦੇ ਵਿੱਚ ਇੱਕ ਤੂੰ ਰੂਮ ਤਿਆਰ ਕੀਤਾ ਏਸੀ ਲਾ ਕੇ ਵੀ ਦੋਵੇਂ ਜੀ ਬੁਢਾਪੇ ਵਿੱਚ ਜ਼ਿੰਦਗੀ ਬਤੀਤ ਕਰਾਂਗੇ ਏਸੀ ਰੂਮ 'ਚ ਨਹੀਂ ਹੋਣਾ ਤੇਰੀ ਔਲਾਦ ਨੇ ਤੇਰੇ ਨਾਲ ਕੀ ਕਰਨਾ ਸੁਣ ਜਾਸੋਂ ਜਾ ਵਿੱਚ ਬਰਾਂਡੇ ਦੇ ਕਿਤੇ ਕੋਠੀ ਵੱਲ ਨਾ ਤੱਕ ਬੈਠੀ ਤੇਰਾ ਪਾਣੀ ਵਾਲਾ ਭਾਂਡਾ ਜੋ ਕਿਤੇ ਚੌਂਕੇ ਵਿੱਚ ਨਾ ਰੱਖ ਬੈਠੀ ਜਿਹੜੇ ਪਿਓ ਨੇ ਸਭ ਕੁਛ ਬਣਾਇਆ ਉਹਨੂੰ ਕਹਿੰਦਾ ਤੇਰਾ ਮੰਜਾ ਬਰਾਂਡੇ ਅੱਗੇ ਗੇਟ ਅੱਗੇ ਤੇਰੇ ਭਾਂਡੇ ਚੌਂਕੇ ਤੋਂ ਬਾਹਰ ਗੇਟ ਅੱਗੇ ਕਿਹਨੂੰ ਬੰਨੀਦਾ ਕੁੱਤੇ ਨੂੰ ਭਾਂਡੇ ਕਿਹਦੇ ਵੱਖ ਕਰੀਦੇ ਆ ਕੁੱਤੇ ਦੇ ਜਿਉਂਦੇ ਜੀ ਪਿਓ ਨੂੰ ਕੁੱਤਿਆਂ ਬਣਾ ਦਿੱਤਾ ਜਿਹਨੇ ਸਭ ਕੁਛ ਬਣਾ ਕੇ ਦਿੱਤਾ ਸੁਣਿਓ ਜਾਸੋਂ ਜਾ ਵਿੱਚ ਬਰਾਂਡੇ ਦੇ ਕਿਤੇ ਕੋਠੀ ਵੱਲ ਨਾ ਤੱਕ ਬੈਠੀ ਤੇਰਾ ਪਾਣੀ ਵਾਲਾ ਭਾਂਡਾ ਜੋ ਕਿਤੇ ਚੌਂਕੇ ਵਿੱਚ ਨਾ ਰੱਖ ਬੈਠੀ ਗੁੱਸੇ ਵਿੱਚ ਫੜ ਫੜ ਸੁੱਟੇਗਾ ਹੱਥਾਂ ਨਾਲ ਲੁੱਟਿਆ ਜਿੰਦੇ ਮੁੱਕਦੀ ਮੁੱਕਦੀ ਤੂੰ ਮੁੱਕ ਗਈ ਨੇ ਤੇਰਾ ਲੋਭ ਨਾ ਮੁੱਕਿਆ ਜਿੰਦੇ ਮੁੱਕਦੀ ਮੁੱਕਦੀ ਤੂੰ ਮੁੱਕ ਗਈ ਨੇ ਤੇਰਾ ਲੋਭ ਨਾ ਮੁੱਕਿਆ ਤੂੰ ਰੱਬ ਅੱਗੇ ਹੱਥ ਜੋੜੇਗਾ ਰੂਹ ਕਹਿੰਦੀ ਹੁਣ ਤੂੰ ਇੰਨਾ ਕੁ ਦੁਖੀ ਹੋਣਾ ਤੂੰ ਕਹਿੰਦਾ ਨਾ ਸੀ ਨਾ ਮੇਰੀ ਲੰਮੀ ਉਮਰ ਕਰ ਵਾਹਿਗੁਰੂ ਮੈਂ ਆਪਣੇ ਪੜੋਤਣਿਆਂ ਵਾਸਤੇ ਬਣਾ ਕੇ ਜਾਵਾਂ ਤੂੰ ਹੁਣ ਕੀ ਮੰਗਣਾ ਸੁਣ ਤੂੰ ਇੰਨਾ ਦੁਖੀ ਹੋ ਜਾਣਾ ਤੂੰ ਰੱਬ ਨੂੰ ਕੀ ਕਹਿਣਾ ਤੂੰ ਰੱਬ ਅੱਗੇ ਹੱਥ ਜੋੜੇਗਾ ਮੈਂ ਛੇਤੀ ਛੇਤੀ ਮੁੱਕ ਜਾਵਾਂ ਇੱਥੇ ਹਊ ਜੋ ਵੇਖੀ ਜਾਊ ਮੈਂ ਇਹਨਾਂ ਜਮਾ ਤੋਂ ਛੁੱਟ ਜਾਵਾਂ ਇੱਥੇ ਹੋਊ ਜੋ ਵੇਖੀ ਜਾਊ ਮੈਂ ਇਹਨਾਂ ਜਮਾ ਤੋਂ ਛੁੱਟ ਜਾਵਾਂ
ਕਦੋਂ ਲੱਤ ਕਿਸੇ ਨੇ ਮਾਰ ਦੇਣੀ ਸਾਰਹਿੰਦਾ ਸੁੱਕਿਆ ਜਿੰਦੇ ਮੁੱਕਦੀ ਮੁੱਕਦੀ ਤੂੰ ਮੁੱਕ ਗਈ ਤੇਰਾ ਲੋਭ ਨਾ ਮੁੱਕਿਆ ਹੁਣ ਰੂਹ ਕਹਿੰਦੀ ਮੈਂ ਤੇਰਾ ਬੜਾ ਸਾਥ ਦਿੱਤਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਤੇਰਾ ਸਾਥ ਦਿੱਤਾ ਜਦੋਂ ਤੂੰ ਬੁਰੇ ਕੰਮ ਕੀਤੇ ਮੈਂ ਤੇਰਾ ਸਾਥ ਛੱਡਿਆ ਤੇ ਹੁਣ ਮੈਂ ਵੀ ਚੱਲੀ ਹਾਂ ਸੁਣਿਓ ਜਦੋਂ ਉੱਡ ਵਜੂ ਤੋਂ ਪੌਰ ਗਿਆ ਉਹ ਪਿੰਜਰ ਨੇ ਵੀ ਢੱਡ ਜਾਣਾ ਤੇਰਾ ਤੇ ਮੇਰਾ ਰਿਸ਼ਤਾ ਗੂੜਾ ਸੀ ਹੁਣ ਆਪਾਂ ਵੀ ਹੋਇਆ ਜਾਣਾ ਤੇਰਾ ਤੇ ਮੇਰਾ ਰਿਸ਼ਤਾ ਗੂੜਾ ਸੀ ਹੁਣ ਆਪਾਂ ਵੀ ਅੱਡ ਜਾਣਾ ਤੇਰਾ ਲੱਕ ਉਸੇ ਨੇ ਤੋੜਿਆ ਜੋ ਭਾਰ ਪਾਪਾਂ ਦਾ ਚੁੱਕਿਆ ਜਿੰਦੇ ਮੁੱਕਦੀ ਮੁੱਕਦੀ ਤੂੰ ਮੁੱਕ ਗਈ ਤੇਰਾ ਲੋਭ ਨਾ ਮੁੱਕਿਆ ਜਿੰਦੇ ਮੁੱਕਦੀ ਮੁੱਕਦੀ ਤੂੰ ਮੁੱਕ ਗਈ ਤੇਰਾ ਲੋਭ ਨਾ ਮੁੱਕਿਆ ਹੋਣ ਪੁੱਤ ਕਬੁੱਤ ਤੇ ਮਾਪੇ ਗਾਲਣ ਲਾਉਂਦੇ ਨੇ ਸੋਚੇ ਮੈਂ ਦੁਨੀਆਂ ਤੇ ਛਾ ਜਾਵਾਂ ਉਹ ਲੀਡਰ ਜੁਗਤ ਬਣਾਵੇ ਕਿੱਦਾਂ ਕੁਰਸੀ ਪਾ ਜਾਵਾਂ ਉਹ ਕਲਾਕਾਰ ਨੇ ਤਾਂ ਸੋਚੇ ਮੈਂ ਦੁਨੀਆਂ ਤੇ ਛਾ ਜਾਵਾਂ ਲੀਡਰ ਜੁਗਤ ਬਣਾਵੇ ਕਿੱਦਾਂ ਕੁਰਸੀ ਪਾ ਜਾਵਾਂ ਉਹ ਜੋਬ ਮਿਲੇ ਸਰਕਾਰੀ ਸਾਰੇ ਖਬਰੂ ਚਾਹੁੰਦੇ ਨੇ ਪੁੱਤ ਤੇ ਮਾਪੇ ਗਾਲਣ ਲਾਉਂਦੇ ਕਦੇ ਵੀ ਮੇਕਅਪ ਲਾਈਏ ਨਾ ਜੇ ਧੀਆਂ ਹੁਣ ਜਵਾਨ ਤੇ ਪਹਿਲੋਂ ਪੁੱਤ ਵਿਆਹੀਏ ਨਾ ਨੰਗੇ ਸਿਰ ਸੋਹਰੇ ਪੇਕੇ ਕਦੇ ਵੀ ਮੇਕਅਪ ਲਾਈਏ ਨਾ ਜੇ ਧੀਆਂ ਹੁਣ ਜਵਾਨ ਤੇ ਪਹਿਲੋਂ ਪੁੱਤ ਵਿਆਹੀਏ ਨਾ ਉਹ ਸ਼ਾਹੂਕਾਰਾਂ ਦੇ ਕਰਜ਼ੇ ਬੂਹਾ ਪੱਟ ਸਤਾਉਂਦੇ ਨੇ ਮਾਪੇ ਗੱਲ ਲਾਉਂਦੇ ਨੇ
ਟੁੱਟ ਜਾਂਦੇ ਨੇ ਵਾਦੇ ਯਾਰਾਂ ਦੇ ਉਹ ਤਨ ਤੇ ਘੜਦਾ ਜਾਂਦਾ ਏ ਕੱਪੜਾ ਮਟਿਆਰਾਂ ਦੇ ਪੈਸੇ ਪਿੱਛੇ ਟੁੱਟ ਜਾਂਦੇ ਨੇ ਵਾਦੇ ਯਾਰਾਂ ਦੇ ਘਰ ਛੱਡ ਕੇ ਚੂੜੇ ਵਾਲੀਆਂ ਯਾਰੀਆਂ ਬਾਹਰ ਪਾਉਂਦੇ ਨੇ ਸੋਚ ਸੀ ਮਾੜੀ ਲੋਕਾਂ ਦੀ ਵਿੱਚੇ ਮੈਂ ਵੀ ਜਿੰਨੀ ਦੁਨੀਆ ਜਿੰਨਾ ਆਵਾਮ ਆ ਸਾਡੀ ਸਾਰਿਆਂ ਦੀ ਸੋਚ ਉਹਦੇ ਵਾਸਤੇ ਮਾੜੀ ਕਿਉਂਕਿ 1984 ਤੋਂ ਲੈ ਕੇ 1988 ਤੱਕ ਚਮਕੀਲੇ ਨੇ ਉਹ ਗਾਇਆ ਜਿਹੜਾ ਅੱਜ ਹੋ ਰਿਹਾ ਉਦੋਂ ਦੱਸਤਾ ਸੀ 21, 22, 23, 24 ਕੀ ਹੋਏਗਾ ਉਹ ਹੋ ਰਿਹਾ ਉਹ ਗੰਦ ਨਹੀਂ ਸੀ ਗਾਉਂਦਾ ਉਹ ਆਉਣ ਵਾਲਾ ਸਮਾਂ ਦੱਸਦਾ ਸੀ ਉਹਦੇ ਟਾਈਮ 'ਤੇ ਬੜਾ ਬੜਾ ਗੰਦ ਗਾਇਆ ਲੋਕਾਂ ਨੇ ਉਦੋਂ ਬੜੇ ਗੰਦੇ ਸਿੰਗਰ ਸੀ ਉਦੋਂ ਹੀ ਅੱਜ ਵੀ ਬੜੇ ਆ ਪਰ ਅੱਜ ਬਹੁਤ ਕੁਛ ਹੋ ਰਿਹਾ ਬੜਾ ਗੰਦ ਬੋਲਿਆ ਜਾ ਰਿਹਾ ਗੰਦੀਆਂ ਗੰਦੀਆਂ ਵੀਡੀਓ ਵਿਖਾਈਆਂ ਜਾ ਰਹੀਆਂ ਸਾਡੇ ਬੱਚਿਆਂ ਨੂੰ ਮੋਬਾਈਲਾਂ 'ਤੇ ਚੈਨਲਾਂ 'ਤੇ ਸਾਰੇ ਸਿਸਟਮ ਨੂੰ ਵਿਗਾੜਿਆ ਜਾ ਰਿਹਾ ਜਿਹੜੇ ਕਲਾਕਾਰ ਗੰਦੇ ਗਾਉਂਦੇ ਆ ਉਹਨਾਂ ਦੀ ਗੱਲ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਕਿ ਜਦੋਂ ਮੇਲੇ ਕਰਾਉਂਦੇ ਹੋ ਨਾ ਗੰਦੇ ਗਾਇਕ ਦੀ ਚੋਣ ਨਾ ਕਰਿਆ ਕਰੋ 5-7 ਗਾਇਕ ਹੈਗੇ ਪੰਜਾਬ 'ਚ ਜਿਹੜੇ ਅੱਜ ਵੀ ਸੱਭਿਆਚਾਰ ਨਾਲ ਜੁੜ ਕੇ ਬੈਠੇ ਅਤੇ ਜੋੜਦੇ ਆ ਸੱਭਿਆਚਾਰ ਨੂੰ ਤੁਹਾਡੇ ਸਾਹਮਣੇ ਮਿਸਾਲ ਪੰਮਾ ਡੂਮੇ ਵਾਲਾ ਵੀਰ ਗਾ ਕੇ ਗਿਆ ਅਸੀਂ ਰੰਧਾਵੇ ਕਰਮਲ ਗੜਿਆਲ ਸਾਹਿਬ ਵਾਰਸ ਭਰਾ ਇਹ 5-7 ਸਿੰਗਰ ਨੇ ਗੁਰਦਾਸ ਮਾਨ ਸਾਹਿਬ ਮੇਰੇ ਗੁਰੂ ਜੀ ਜਨਾਬ ਹੰਸ ਰਾਜ ਹੰਸ ਇਹ ਜਿਹੜੇ ਸਿੰਗਰ ਨੇ ਸਾਨੂੰ ਵਿਖਾਉਂਦੇ ਆ ਸਾਡੇ ਬੱਚਿਆਂ ਨੂੰ ਆਉਣ ਵਾਲਾ ਭਵਿੱਖ ਵਧੀਆ ਇਹਨਾਂ ਸਿੰਗਰਾਂ ਨੂੰ ਬੁਲਾਇਆ ਕਰੋ ਹਾਂਜੀ ਮਿਹਰਬਾਨੀ ਸੁਣਿਓ ਵਕੀਲਾ ਨਹੀਂ ਸੀ ਮਾੜਾ ਸੋਚ ਸੀ ਮਾੜੀ ਲੋਕਾਂ ਦੀ ਹੁਣ ਕਿਉਂ ਚੁੱਪ ਬੈਠੇ ਅਣਖ ਕਮੜ ਗਈ ਲੋਕਾਂ ਦੀ ਉਹ ਦੁਨੀਆ ਕਰੇ ਤਾਰੀਫਾਂ ਜਿਹੜੇ ਗੰਦਾ ਗਾਉਂਦੇ ਨੇ ਅੱਜ ਇਹ ਕਈ ਸਾਡੇ ਵੀਰ ਦੁਕਾਨੇ ਸੁਣਨ ਵਾਲੇ ਵੀ ਹੈਗੇ ਆ ਉਹ ਕੱਲ੍ਹ ਤੁਹਾਡੀ ਮਨ ਦੀ ਰੀਝ ਪੂਰੀ ਹੋ ਜਾਣੀ ਆ ਅੱਜ ਜਦੋਂ ਸ਼ਾਮਾਂ ਨੂੰ ਤੁਹਾਨੂੰ ਰਿਸ਼ਤੇਦਾਰਾਂ ਪੁੱਛਿਆ ਨਾ ਵੀ ਤੁਹਾਡੇ ਪਿੰਡ ਮੇਲੇ 'ਤੇ ਕੌਣ ਆਇਆ ਸੀ ਤੁਸੀਂ ਆਖਣਾ ਇੱਕ ਨੁਕਿਆ ਜਿਹਾ ਤੁਰਲਾ ਗੱਡੀ ਫਿਰਦਾ ਕਿ ਵੱਡਾ ਗੱਡੀ ਫਿਰਦਾ ਸੀ
ਦੋ ਜਣੇ ਪਤਾ ਨਹੀਂ ਕੌਣ ਸਾਨੂੰ ਲੱਗਾ, ਸਾਨੂੰ ਪਤਾ ਲੱਗਾ ਕੌਣ ਆ। ਸੁਣਿਓ ਮੇਰੀਆਂ ਭੈਣਾਂ, ਸੁਣਿਓ ਧਿਆਨ ਦਿਓ, ਜਿਹੜੀਆਂ ਸੱਸਾਂ ਨੇ ਉਹ ਮਰ ਮੇਰੇ ਹੱਥ ਖੜੇ ਕਰੋ, ਕਿਹੜੀਆਂ ਬੈਠੀਆਂ ਇੱਥੇ ਜਿਨ੍ਹਾਂ ਨੇ ਪੁੱਤ ਵਿਆਹਲੇ ਨੇ ਅਤੇ ਵੇਲਾ ਨਿਘਾ ਲਿਆ, ਉਹ ਹੱਥ ਖੜੇ ਕਰੋ। ਨੂੰਹਾਂ ਤੋਂ ਡਰਦਿਆਂ ਕਰਨੇ ਨਹੀਂ ਹੋਣੇ ਨਾ, ਪਤਾ ਵਾ ਸਵੇਰੇ ਚਾਹ ਨਾ ਬਿਸਕੁਟ ਨਹੀਂ ਮਿਲਣੇ, ਉਹ ਤਾਂ ਵੀ ਨਹੀਂ ਮਿਲਣੇ, ਭਾਵੇਂ ਹੱਥ ਖੜਾ ਕਰ ਭਾਵੇਂ ਨਾ ਕਰ। ਜਿਹੜੀਆਂ ਸੱਸਾਂ ਬਣ ਗਈਆਂ, ਜਿਨ੍ਹਾਂ ਨੇ ਨੂੰਹਾਂ ਭੂਏ ਚੜ੍ਹਾ ਲਈਆਂ, ਉਹਨਾਂ ਦੀ ਗੱਲ ਨਹੀਂ, ਹੁਣ ਜਿਹੜੀਆਂ ਸੱਸਾਂ ਬਣਨ ਵਾਲੀਆਂ ਨੇ ਉਹ ਸੁਣਿਓ। ਜਦੋਂ ਨਵੀਂ ਸੱਸ ਬਣਨ ਵਾਲੀ ਆਪਣੀ ਨੂੰਹ ਨੂੰ ਲੈ ਕੇ ਆਵੇ ਵਿਆਹ ਕੇ ਤੇ ਪਾਣੀ ਵਾਰਨ ਦਈ ਆ, ਇਹ ਧਿਆਨ ਦਿਓ ਸਾਰੀਆਂ ਭੈਣਾਂ ਧਿਆਨ ਦਿਓ, ਪਾਣੀ ਵਾਰਨ ਦਈ ਸੱਸ ਤੇ ਜੇ ਨੂੰਹ ਨੂੰ ਕਹਿਣ ਡਈ ਆ ਬੜੀ ਸੋਹਣੀ ਮੇਰੀ ਧੀ, ਮੇਰੀ ਬੜੀ ਪਿਆਰੀ ਧੀ, ਮੇਰੀ ਜਾਨ, ਮੈਂ ਰਹਿ ਨਹੀਂ ਸਕਦੀ ਇਹ ਤੋਂ ਬਗੈਰ, ਉਹ ਕਹਿੰਦੀ ਦੋ ਤਿੰਨ ਦਿਨ ਠਹਿਰ ਪ੍ਰਾਹੁਣੇ ਜਾ ਲੈਂਦੇ ਤੈਨੂੰ ਮੈਂ ਦੱਸਦੀ ਮੈਂ ਕੌਣ ਆ, ਵਾਰਾਂ ਬਣੀ। ਤੇ ਜਿਹੜੀਆਂ ਬਣਨ ਵਾਲੀਆਂ ਸੱਸਾਂ ਹੁਣ ਧਿਆਨ ਦਿਓ ਕੀ ਕਰਨਾ, ਨੂੰਹ ਆ ਗਈ ਪਾਣੀ ਵਾਰਿਆ ਤੇ ਗੁੱਗੂ ਗਿੱਲ ਦੀ ਫਿਲਮ ਵੇਖੀ ਕਦੀ ਮੇਰੀਆਂ ਭੈਣਾਂ ਨੇ, ਜਿਹੜੀਆਂ ਸੱਸਾਂ ਬਣਨ ਵਾਲੀਆਂ, ਗੁੱਗੂ ਗਿੱਲ ਹੁਣ ਸੱਸ ਪਾਣੀ ਵਾਰਨ ਡਈ ਆ, ਨੂੰਹ ਸਾਹਮਣੇ ਖੜੀ ਆ, ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਇੱਦਾਂ ਨੀ, ਇੱਦਾਂ ਥੋੜਾ ਹੋਣਾ, ਉਹ ਫਸ ਗਿਆ ਮੇਰੇ ਵਰਗਾ ਵਿਚਾਰਾ। ਅੱਛਾ, ਹੁਣ ਦੋਵਾਂ ਪਿੰਡਾਂ 'ਚ ਪੂਸਣ ਪੀਸਣ ਡਿਆ ਮਾਂ ਦੇ ਅਤੇ ਘਰ ਵਾਲੀ ਦੇ, ਇਹ ਪਤਾ ਹੁਣ ਕਿੱਦਾਂ ਗਾਈਦਾ, ਪਾਣੀ ਵਾਰਨੀ ਬੰਨੇ ਦੀਏ ਮਾਏ ਕਰਮਾਂ ਦਾ ਮਾਰਾ ਨੀ ਵਾਰ ਪਤਾ ਮੁੰਡੇ ਨੂੰ ਘੋੜੀ ਕੱਲ੍ਹ ਹੀ ਚੜ੍ਹਾਉਂਦੇ ਆ, ਲਾਸਟ ਘੋੜੀ ਤੁਰ ਕੇ ਗੱਡੀ 'ਚ ਬਹਿੰਦਾ, ਘੋੜੀ 'ਚ ਤਾਂ ਪਾਉਂਦੇ ਆ ਵੀ ਨਿਕਲ ਜਾ ਪਿਓ ਦਾ ਪੁੱਤਾ ਮੌਕਾ ਸਾਹਿਬ, ਘੋੜੀ ਦੇ ਦਿੱਤੀ ਤੈਨੂੰ ਭਾਜਾ, ਤੇਰੇ ਲੱਕ ਨਾਲ ਲੱਗੇ ਬੰਬ ਬੰਨਣ, ਪਰ ਉਹ ਨਹੀਂ ਸਮਝਦਾ ਆਉਂਦਾ ਵੀ ਨਾ ਕੋਈ ਗੱਲ ਨਹੀਂ। ਹੁਣ ਧਿਆਨ ਦਿਓ ਸੱਸਾਂ, ਜਦੋਂ ਪਾਣੀ ਵਾਰਨ ਲਈਆਂ ਨੂੰਹ ਤੋਂ ਤੇ ਪਾਣੀ ਵਾਰਦਿਆਂ ਵਾਰਦਿਆਂ ਗੁੱਗੂ ਗਿੱਲ ਨੂੰ ਅੱਖਾਂ ਕੱਢੋ ਨੂੰਹ ਵੱਲ ਇੱਦਾਂ, ਤੇ ਨੂੰਹ ਦੇ ਪੈਰਾਂ ਸਾਨੂੰ ਜ਼ਮੀਨ ਨਿਕਲ ਜਾਣੀ, ਹਾਏ ਰੱਬਾ ਮੈਂ ਕਿੱਥੇ ਆ ਗਈ, ਇਹ ਪੈ ਗਿਆ ਸਿਆਪਾ, ਇਹ ਤਾਂ ਬੜੀ ਖਤਰਨਾਕ ਹੈ ਸੱਸ ਮੇਰੀ, ਜੋ ਜੇ ਸਾਰੀ ਉਮਰ ਨੂੰ ਸੱਸ ਦੇ ਪੈਰ ਧੋ ਤੋਂ ਨਾ ਪੀਓ ਤੇ ਮੈਨੂੰ ਨੀਵੇਂ ਸੰਭਾਲਿਓ, ਵਾਅਦਾ ਕਰਦਾ ਤੁਹਾਡੇ ਨਾਲ ਭੈਣਾਂ ਨਾਲ, ਇੱਦਾਂ ਇੱਦਾਂ ਗਾਈਡ ਕਰਿਓ ਪਹਿਲੇ ਦਿਨ। ਹੁਣ ਮੇਰੇ ਵੀਰ ਬੈਠੇ ਆ, ਕਿਉਂਕਿ ਮੈਂ ਆਪਣੇ ਘਰ ਆਪਣੀ ਭੈਣ ਆਪਣੀ ਬੇਟੀ ਆਪਣੀ ਵਾਈਫ ਉਹ ਵੀ ਔਰਤਾਂ ਨੇ, ਉਹਨਾਂ ਤੋਂ ਵਧੀਆ ਤੁਸੀਂ ਬੈਠੀਆਂ ਜੇ। ਜਦੋਂ ਬੰਦੇ ਦਾ ਵਿਆਹ ਹੁੰਦਾ ਤੇ ਔਰਤ ਨੂੰ ਪਹਿਲੇ ਦਿਨ ਜਿੱਥੇ ਰੱਖ ਲਏ
ਉੱਥੇ ਟਿਕ ਜਾਂਦੀ, ਚਾਹ ਡਰਾ ਲਓ ਚਾਹ ਭੂਏ ਚੜਾ ਲਓ। ਸਾਡੇ ਲਾਗੇ ਪਿੰਡ ਆ ਇੱਕ, ਉਹ ਮੁੰਡੇ ਦਾ ਵਿਆਹ ਹੋ ਗਿਆ, ਦੋਵੇਂ ਜੀ ਬੈਠੇ ਮੰਜੀ 'ਤੇ ਲੱਤਾਂ ਮਕਾ ਕੇ ਗੱਲਾਂ ਕਰਨ ਦੇ, ਬੜੇ ਹੱਸਣ ਖੇਡਣ ਡਏ, ਅਤੇ ਮੁੰਡੇ ਨੇ ਹਾਸੇ ਵਾਲੀ ਗੱਲ ਕੀਤੀ ਕੋਈ, ਅਤੇ ਘਰ ਵਾਲੀ ਕਹਿੰਦੀ ਜਾਓ ਗਾਂ ਪੜ੍ਹਦਾ ਸਮਾਰਿਆ ਨੇ। ਥੋੜ੍ਹੇ ਕੁ ਦਿਨਾਂ ਬਾਅਦ ਫਿਰ ਇੱਦਾਂ ਬੈਠੇ, ਘਰ ਵਾਲੇ ਨੇ ਕੋਈ ਹਾਸੇ ਵਾਲੀ ਗੱਲ ਕੀਤੀ, ਅਤੇ ਘਰ ਵਾਲੀ ਕਹਿੰਦੀ ਜਾਓ ਗਾਂ ਮੁੰਡੇ 'ਤੇ। ਇੱਕ ਦਿਨ ਫਿਰ ਬੈਠੇ ਲੱਤਾਂ ਮਕਾ ਕੇ, ਹਾਸੇ ਤੋਂ ਮੜਾਸਾ ਬਣ ਗਿਆ, ਹੱਸਦਿਆਂ 'ਚ ਲੜਾਈ ਹੋ ਵੀ ਆਹ ਮਾਰੀ ਚਪੇੜ ਘਰ ਵਾਲੇ ਦੇ ਮੰਜੇ ਤੋਂ ਥੱਲੇ। ਉਹ ਮੇਰੇ ਕੋਲ ਓਨਾ ਕੀ ਵਿਚਾਰਾ, ਉਹ ਥੋੜ੍ਹੀ ਜੀ ਅਤੇ ਚਲੋ ਉਹਨੇ ਆਪਣਾ ਜ਼ੋਰ ਜਿਹਾ ਲਾ ਕੇ ਪੁਰਾਣੀ ਫੜ ਕੇ ਉਹਨੂੰ ਲੰਮੇ ਪਾ ਲਿਆ ਵਿਹੜੇ 'ਚ, ਉਹਨੇ ਕੁੱਟਣ ਡਿਆ ਪਿਆ। ਆਂਦਾ ਤੇਰੀ ਯੂਰਤ ਕਿੱਦਾਂ ਬਈ ਚਪੇੜ ਮਾਰਨ ਦੀ, ਆਂਦੀ ਇੱਦਾਂ ਹੀ ਵੱਜਣੀਆਂ ਕੁੱਟ ਖਾਈ ਜਾਵੇ। ਆਂਦਾ ਕਾਰਨ, ਆਂਦੀ ਮੈਂ ਵੇਖ ਲਿਆ ਤੂੰ ਕਿੰਨੇ ਕੁ ਪਾਣੀ 'ਚ, ਜਿੱਦਣ ਪਹਿਲੇ ਦਿਨ ਤੇਰੇ ਪੱਟ 'ਤੇ ਹੱਥ ਮਾਰਿਆ ਉੱਦਣ ਡੱਕ ਦੇ ਅੱਖਾਂ ਦੀ ਘੂਰ ਵਿਖਾਉਣੋ ਮੈਂ ਸਾਰੀ ਉਮਰ ਤੇਰੇ ਕੋਲ ਡਰਨਾ ਸੀ, ਮੈਂ ਤੈਨੂੰ ਵੇਖ ਲਿਆ ਹੁਣ ਇੱਦਾਂ ਵੱਜਣੀਆਂ। ਸੁਣਿਓ ਇਹ ਖਿਆਲ ਰੱਖਿਆ ਕਰੋ, ਹੁਣ ਸੁਣਿਓ ਸਾਡੀ ਧੀ ਕਿਸੇ ਦੀ ਨੂੰਹ ਬਣੀ, ਉਹ ਜਾ ਕੇ ਸਾਨੂੰ ਆਣ ਕੇ ਕਹਿੰਦੀ ਮੇਰੀ ਸੱਸ ਮੈਨੂੰ ਧੀ ਨਹੀਂ ਸਮਝਦੀ, ਜਦਕਿ ਸਾਡੀ ਧੀ ਗਲਤ ਆ ਸੱਸ ਸਹੀ ਆ। ਕਿਸੇ ਦੀ ਧੀ ਸਾਡੀ ਨੂੰਹ ਬਣੀ, ਸਾਡੀ ਵਾਈਫ ਸਹੀ ਆ, ਉਹ ਪਿਆਰ ਕਰਦੀ ਧੀ ਸਮਝਦੀ ਆ, ਪਰ ਉਹ ਸਾਡੀ ਨੂੰਹ ਆ ਨਹੀਂ ਸਮਝਦੀ, ਉਹ ਆਪਣੇ ਪੇਕੇ ਜਾ ਕੇ ਸ਼ਿਕਾਇਤਾਂ ਕਰਦੀ, ਸਾਡੀ ਧੀ ਸਾਨੂੰ ਆਣ ਕੇ ਸ਼ਿਕਾਇਤਾਂ ਕਰਦੀ, ਜਦਕਿ ਤਾੜੀ ਦੋਵਾਂ ਥਾਣਾਂ ਵੱਜਦੀ। ਸੁਣਿਓ ਹੁਣ ਇੱਕ ਮਾਂ ਨੇ ਆਪਣਾ ਪੁੱਤ ਵਿਆਹਿਆ ਕਿ ਮੇਰੇ ਪੁੱਤ ਦਾ ਵਿਆਹ ਹੋਏਗਾ, ਮੈਂ ਰਜਾਈ 'ਚ ਬੈਠੀ ਹੋਵਾਂਗੀ ਅਤੇ ਮੇਰੀ ਨੂੰਹ 4 ਵਜੇ ਬੈੱਡ ਟੀ ਲੈ ਕੇ ਆਏਗੀ, ਬਿਸਕੁਟ ਨਾਲ ਰਸ ਲੈ ਕੇ ਆਏਗੀ, ਗਰਮ ਗਰਮ ਪਰੌਂਠੇ ਲੈ ਕੇ ਆਏਗੀ, ਕਿਉਂ ਲਓ ਮੰਮੀ ਜੀ ਖਾਓ। ਉਲਟ ਹੋ ਗਿਆ, ਨੂੰਹ ਆਈ ਅਤੇ ਸੱਸ ਨੂੰ ਕਹਿੰਦੀ ਚੱਲ ਪਰੌਂਠੇ ਪਕਾ ਕੇ ਲਿਆ, ਚੱਲ ਬੈੱਡ ਟੀ ਲੈ ਗਿਆ, ਮੈਂ ਰਜਾਈ 'ਚ ਬੈਠੀ ਟੀ ਵੇਖਣ ਡਈ ਹਾਂ, ਚੱਲ ਉੱਠ। ਹੁਣ ਸੁਣਿਓ ਕੀ ਹੋਇਆ ਮਾਂ ਨਾਲ, ਉਹ ਚਾਵਾਂ ਦੇ ਨਾਲ ਮਾਂ ਵਿਚਾਰੀ ਪੁੱਤ ਵਿਆਹਿਆ ਸੀ, ਹੁਣ ਆਪੇ ਪਾਲ ਕੇ ਸੇਕੇ ਨਾ ਸੁਖ ਨੂੰ ਦਾਇਆ ਸੀ, ਉਹ ਚਾਵਾਂ ਦੇ ਨਾਲ ਮਾਂ ਵਿਚਾਰੀ ਪੁੱਤ ਵਿਆਹਿਆ ਸੀ, ਹੁਣ ਆਪੇ ਪਾਲ ਕੇ ਸੇਕੇ ਨਾ ਸੁਖ ਨੂੰ ਦਾਇਆ ਸੀ, ਉਹ ਨਿੱਤ ਬੁੱਢੜੀਆ ਅੱਖ ਬੁਲਾਵੇ, ਨਿੱਤ ਬੁੱਢੜੀਆ ਅੱਖ ਬੁਲਾਵੇ, ਨਾ ਕਦੇ ਆਖਿਆ ਮੰਮੀ ਜੀ, ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਨਹੀਂ ਧੀ, ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਨਾ ਧੀ। ਉਹ ਵਾਂਗ ਸ਼ਰੀਕਾਂ ਨਾਲ ਸੱਸ ਦੇ ਆਡਾ ਲਾਉਂਦੀ ਆ, ਸੱਸ ਨੂੰ ਕੱਢ ਕੇ ਘਰ ਤੇ ਕਬਜ਼ਾ ਕਰਨਾ ਚਾਹੁੰਦੀ ਆ, ਵਾਂਗ ਸ਼ਰੀਕਾਂ ਨਾਲ ਸੱਸ ਦੇ ਆਡਾ ਲਾਉਂਦੀ ਆ, ਸੱਸ ਨੂੰ ਕੱਢ ਕੇ ਘਰ ਤੇ ਕਬਜ਼ਾ ਕਰਨਾ ਚਾਹੁੰਦੀ ਆ, ਫਿਰ ਆਂਢ ਗਵਾਂਢ ਵੀ ਆਖੇ ਇਹਨੂੰ ਸਖਾ ਕੇ ਕੱਲਿਆ ਕੀ,
ਹੁਣ ਸੱਸ ਕੇ ਵੇਖਾ ਬਣ ਜੇ ਉਹ ਇੱਕ ਡੋਡੋ ਬਣਦੀ ਆਰਤੀ ਹੁਣ ਸੱਸ ਕਿਵੇਂ ਮਾਂ ਬਣ ਜੇ ਉਹ ਇੱਕ ਡੋਡੋ ਬਣਦੀ ਆਰਤੀ ਉਹ ਪਿਓ ਨੂੰ ਆਖੇ ਡੈਡੀ ਸਹੁਰੇ ਨੂੰ ਕੰਜਰ ਕਹਿੰਦੀ ਆ ਜਿਹੜੀ ਸਾਡੀ ਧੀ ਆ ਉਹ ਕਿੰਨੇ ਚਿਰ ਵਾਸਤੇ ਸਾਡੀ ਧੀ ਆ ਓਨਲੀ 20-22 ਸਾਲ ਵਾਸਤੇ ਉਹਦਾ ਅਸਲੀ ਪਿਓ ਕੌਣ ਆ ਜਿੱਥੇ ਉਹਨੇ ਸਾਰੀ ਉਮਰ ਰਹਿਣਾ ਸਹੁਰੇ ਅਸਲੀ ਪਿਓ ਦਾ ਸਹੁਰਾ ਅਸੀਂ ਉਹਦੇ ਪਿਓ 20-22 ਸਾਲ ਵਾਸਤੇ ਹਾਂ ਜਦੋਂ ਅਸੀਂ ਆਪਣੀ ਧੀ ਨੂੰ ਤੋਰਦੇ ਹਾਂ ਤਾਂ ਕੀ ਕਹਿੰਦੇ ਹਾਂ ਕੰਨ 'ਚ ਧੀਏ ਅੱਜ ਤੋਂ ਬਾਅਦ ਅਸੀਂ ਤੇਰੇ ਵਾਸਤੇ ਮਰ ਗਏ ਤੇਰਾ ਮਾਂ ਪਿਓ ਤੇਰਾ ਸੱਸ ਸਹੁਰਾ ਕਹਿੰਦੇ ਹਾਂ ਨਾ ਪਰ ਉਹ ਸਮਝਦੀ ਨਹੀਂ ਕੀ ਕੀ ਉਹ ਪਿਓ ਨੂੰ ਆਖੇ ਡੈਡੀ ਸਹੁਰੇ ਨੂੰ ਕੰਜਰ ਕਹਿੰਦੀ ਆ ਆਪ ਫੋਨ ਤੇ ਭਾਬੀਆਂ ਨੂੰ ਨਿਤ ਮਤਾਂ ਦਿੰਦੀ ਆ ਹੁਣ ਆਪ ਆਪਣੇ ਸਹੁਰੇ ਸਾਰੇ ਟੱਬਰ ਨੂੰ ਅੱਗੇ ਲਾਇਆ ਤੇ ਆਪ ਆਪਣੇ ਪੇਕੇ ਫੋਨ ਲਾ ਕੇ ਆਪਣੇ ਭਰਜਾਈਆਂ ਨੂੰ ਕਹਿਣ ਡਈ ਹੈਲੋ ਹਾਂ ਹਾਂ ਸ਼ਿੰਦੀ ਮੰਮੀ ਕਿੱਥੇ ਆ ਮੰਮੀ ਕਿੱਥੇ ਆ ਇੱਥੇ ਆ ਉਹ ਦੂਜੀ ਕਿੱਥੇ ਆਈ ਉਹਦੀ ਜਠਾਣੀ ਨੂੰ ਕਹਿਣ ਡਈ ਉਹ ਕਿੱਥੇ ਆਵਾਜ਼ ਮਾਰ ਫਿਰ ਵੀਡੀਓ ਕਾਲ ਲਾ ਲਈ ਦੋਵਾਂ ਨੂੰ ਕਹਿੰਦੀ ਮੇਰੀ ਸੁਣ ਲਓ ਗੱਲ ਜੇ ਮੇਰੀ ਮੰਮੀ ਨੂੰ ਰਤਾ ਜਿੰਨੀ ਤਕਲੀਫ ਹੋਈ ਜੇ ਮੇਰੇ ਡੈਡੀ ਨੂੰ ਚਾਹ ਪਾਣੀ ਨਾ ਪੁੱਛਿਆ ਲੀੜਾ ਕੱਪੜਾ ਪ੍ਰੈਸ ਕਰਕੇ ਨਾ ਦਿੱਤਾ ਮੈਨੂੰ ਲੱਗ ਗਿਆ ਪਤਾ ਤਾਂ ਤੁਹਾਡੇ ਵੇਖੀ ਡੇਲੇ ਕੇ ਤਾਣ ਕੇ ਕੱਢਦੀ ਫੰਡੇ ਪੁੱਟੂ ਤੁਹਾਡੇ ਸਾਰੇ ਪਿੰਡ ਨੂੰ ਵਿਖਾਊ ਕੋਠੇ 'ਤੇ ਚਾੜ ਕੇ ਪੁੱਟੂ ਏਦਾਂ ਆਪ ਕੀ ਕਰਨ ਲਈ ਸੁਣਿਓ ਉਹ ਪਿਓ ਨੂੰ ਆਖੇ ਡੈਡੀ ਸਹੁਰੇ ਨੂੰ ਕੰਜਰ ਕਹਿੰਦੀ ਆ ਆਪ ਫੋਨ ਤੇ ਭਾਬੀਆਂ ਨੂੰ ਨਿਤ ਮਤਾਂ ਦਿੰਦੀ ਆ ਪਹਿਲੋਂ ਆਪਣੀ ਪੀੜੀ ਥੱਲੇ ਆਪ ਤਾਂ ਨਿਗਾਹ ਵੀ ਮਾਰੀ ਨਹੀਂ ਹੁਣ ਸੱਸ ਕਿਵੇਂ ਮਾਂ ਬਣ ਜੇ ਉਹ ਜਦੋਂ ਨੂੰ ਬਣਦੀ ਆਰਤੀ ਹੁਣ ਸੱਸ ਕਿਵੇਂ ਮਾਂ ਬਣ ਜੇ ਉਹ ਜਦੋਂ ਨੂੰ ਬਣਦੀ ਆਰਤੀ ਬੂਹੇ ਵੜਦੀ ਵੇਖ ਨਣਾਣ ਨੂੰ ਬਈ ਮੱਥੇ ਵੱਟ ਪਾਉਂਦੀ ਜੋ ਜਦ ਪੇਕਿਆਂ ਤੋਂ ਕੋਈ ਆਵੇ ਠੰਡੇ ਕੋਕ ਮਗਾਉਂਦੀ ਓ ਜਦੋਂ ਸਾਡੀ ਨੂੰਹ ਨੂੰ ਪਤਾ ਲੱਗ ਜਾਏ ਨਾ ਪੇਕਿਆਂ ਤੋਂ ਆਉਣਾ ਦੋ ਦਿਨ ਪਹਿਲਾਂ ਪਤਾ ਲੱਗ ਜਾਂਦਾ ਫੋਨ ਆ ਜਾਂਦਾ ਐਂ ਫਰਿੱਜ ਡੱਕੀ ਹੁੰਦੀ ਆ ਫਰਿੱਜਾਂ ਦੀ ਮੈਨੂੰ ਕੀ ਵਕਤ ਨੂੰ ਫੜ ਲਿਆ ਜੀ ਉਹ ਤਰਲੇ ਲੈਣ ਦੀ ਹੁੰਦੀ ਫਰਿੱਜ ਮੈਨੂੰ ਖਾਲੀ ਕਰ ਆਉਂਦੀ ਕੱਲ੍ਹ ਕਰੂੰ ਅਤੇ ਨਣਾਣ ਆ ਗਈ ਜਦੋਂ ਨਾਨ ਨੂੰ ਬੂਹੇ ਵੜਦੇ ਵੇਖਿਆ ਆ ਹੀ ਆ ਗਈ ਬੂਥਾ ਕੱਢ ਕੇ ਇਹਨਾਂ ਨੂੰ ਘਰ ਕੋਈ ਕੰਮ ਨਹੀਂ ਕਿਤੇ ਕੋਈ ਗੱਲ ਨਹੀਂ ਮੈਂ ਵੀ ਰਾਤ ਨੂੰ ਡੰਗਰਾਂ ਵਾਲੇ ਢਾਰੇ ਦੇ ਬਾਹਰ ਮੰਜਾ ਡਾਊਂ ਮੱਛਰ ਲੜੇਗਾ ਪਹਿਲੀ ਬੱਸੇ ਜਾਏਗੀ ਸੁਣਿਓ ਬੂਹੇ ਵੜਦੀ ਵੇਖ ਨਣਾਣ ਨੂੰ ਪਈ ਮੱਥੇ ਵੱਟ ਪਾਉਂਦੀ ਜੋ ਜਦ ਪੇਕਿਆਂ ਤੋਂ ਕੋਈ ਆਵੇ ਠੰਡੇ ਕੋਕ ਮਗਾਉਂਦੀ ਓ ਧੀ ਸੋਚੇ ਪਈ ਵਿਚਾਰੀ
ਇਹਦਾ ਮਿੱਥਿਆ ਪੈਰ ਮੈਂ ਕੀ ਹੁਣ ਸੱਸ ਕੇ ਮੇਰੀ ਮਾਂ ਬਣ ਜੇ ਹੋਏ ਜਦੋਂ ਲੋ ਬਣਦੀ ਜਾਤੀ ਹੁਣ ਸੱਸ ਕਿਵੇਂ ਮਾਂ ਬਣ ਜੇ ਹੋਏ ਜਦੋਂ ਲੋ ਬਣਦੀ ਔਰਤ ਪਿੱਛੇ ਲੱਗ ਕੇ ਬੰਦਾ ਝੁੱਡੂ ਬਣਿਆ ਏ ਹੁਣ ਘਰ ਵਾਲੇ ਦੇ ਸਾਹਮਣੇ ਨਨਾਣ ਨੂੰ ਗਾਲਾਂ ਕੱਢਣ ਲਈ ਸੱਸ ਦੀ ਬੇਇੱਜ਼ਤੀ ਕਰਨ ਲਈ ਸਹੁਰੇ ਦੀ ਬੇਇੱਜ਼ਤੀ ਕਰਨ ਲਈ ਉਹ ਅਗੂੰ ਕਿਉਂ ਖਲੋਤਾ ਇੱਦਾਂ ਨਾ ਅਗੂੰ ਨਾ ਸੁਗੂੰ ਉਹਨਾਂ ਨੇ ਕਹਿੰਦੇ ਝੁੱਡੂ ਉਹਨਾਂ ਦਾ ਨਾਮ ਦਾ ਝੁੱਡੂ ਸੁਣਿਓ ਔਰਤ ਪਿੱਛੇ ਲੱਗ ਕੇ ਬੰਦਾ ਝੁੱਡੂ ਬਣਿਆ ਏ ਮਾਪਿਆਂ ਦੀ ਸਾਰ ਕੋਈ ਲੈਂਦਾ ਨੀ ਜਿੰਨਾ ਹੱਥੀ ਜਣਿਆ ਏ ਪਿੰਡ ਕੱਚੇ ਪੱਕੇ ਬਲਜੀਤ ਓਏ ਹੋਇਆ ਹੁਣ ਦੁਨੀਆ ਨੂੰ ਕੀ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਨਾਤੀ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਨਾਤੀ ਉਹ ਭਾਈਆਂ ਵਿੱਚ ਪੈ ਜਾਵੇ ਬੰਦ ਕਰਦੀ ਦੜਾ ਤੋਂ ਸ਼ੇਰ ਜਦੋਂ ਜਾਵੇ ਕਰਦੀ ਭਾਈਆਂ ਵਿੱਚ ਪੈ ਜਾਵੇ ਵੰਡ ਕਰਦੀ ਦੜਾ ਤੋਂ ਸ਼ੇਰ ਜਦੋਂ ਜਾਵੇ ਕਰਦੀ ਕੀ ਰੱਖੇ ਨਾ ਖਿਆਲ ਚ ਪਿਓ ਦੀ ਪੱਗ ਜਦੋਂ ਬਣ ਜਾਂਦੇ ਨੇ ਤਮਾਸ਼ਾ ਜਗਦਾ ਜਦੋਂ ਬਣ ਜਾਂਦੇ ਨੇ ਤਮਾਸ਼ਾ ਜਗਦਾ ਜਦੋਂ ਬਣ ਜਾਂਦੇ ਨੇ ਤਮਾਸ਼ਾ ਜਗਦਾ ਗਰੀਬ ਦਾ ਮਕਾਨ ਜਾਵੇ ਅੱਗੇ ਵੈਰੀ ਜਦੋਂ ਘਰ ਪੈ ਜਾਵੇ ਕੱਚਾ ਦੇ ਗਰੀਬ ਦਾ ਮਕਾਨ ਮੰਗ ਚ ਕੋ ਕਿਸੇ ਦੀ ਵਿਆਹ ਕੇ ਲੈ ਜਾਵੇ ਮੰਗ ਚ ਕੋ ਕਿਸੇ ਦੀ ਵਿਆਹ ਕੇ ਲੈ ਜਾਵੇ ਉਹ ਤੋਂ ਬੜਾ ਬੰਦੇ ਨੂੰ ਜਦੋਂ ਦੁੱਖ ਲੱਗਦਾ ਸੱਸ ਨਾਲ ਹੋਵੇ ਲੜਦੀ
ਲੜਦੀ ਜਦੋਂ ਸਿਰ ਚੜਦੀ ਤੂੰ ਜਦੋਂ ਸੱਸ ਨਾਲ ਲੜਦੀ ਗੁੱਸੇ ਵਿੱਚ ਆ ਕੇ ਜਦੋਂ ਗੁੱਤ ਫੜਦੀ ਗੁੱਸੇ ਵਿੱਚ ਆ ਕੇ ਜਦੋਂ ਗੁੱਤ ਫੜਦੀ ਵੇਖਣ ਨਜ਼ਾਰਾ ਲੋਕੀ ਲੱਗੀ ਅੱਗ ਦਾ ਅਸੀਂ ਅੱਜ ਤੱਕ ਕਿਸੇ ਦਾ ਵੀ ਬੁਰਾ ਨਹੀਂ ਟਕਾਇਆ ਕੋਠੇ ਤੇ ਖਲੋ ਕੇ ਹੱਥ ਰੱਬ ਨੂੰ ਨਹੀਂ ਲਾਇਆ ਅਸੀਂ ਅੱਜ ਤੱਕ ਕਿਸੇ ਦਾ ਵੀ ਬੁਰਾ ਨਹੀਂ ਚੰਗਾਇਆ ਕਦੇ ਕੋਠੇ ਤੇ ਖਲੋ ਕੇ ਹੱਥ ਰੱਬ ਨੂੰ ਨਹੀਂ ਲਾਇਆ ਤਾਂ ਵੀ ਦੁਨੀਆ ਸਾਡੇ ਤੇ ਪਈ ਸੜਦੀ ਆ ਅਸੀਂ ਕਿਹੜਾ ਕਿਸੇ ਕੋਲੋਂ ਖੋ ਕੇ ਕੁਝ ਪਾਇਆ ਗੁੱਡੀ ਰੱਬ ਤੇ ਚੜਾਇਆ ਕੋਲ ਭਾਗ ਕੋਲ ਪਾਇਆ ਤੁਸੀਂ ਰੱਬ ਦੇ ਚੜਾਇਆ ਚੜਦੀ ਆ ਅਸੀਂ ਕਿਹੜਾ ਕਿਸੇ ਕੋਲ ਭਾਗ ਕੋਲ ਪਾਇਆ
ਬਹੁਤ ਵਧੀਆ ਏ ਅਸੀਂ ਕੱਕਿਆਂ ਨੂੰ ਵੇਖ ਕਦੇ ਕੱਚੇ ਨਹੀਂ ਕਢਾਏ ਪਰ ਉਹ ਚੌੜੇ ਚੌੜੇ ਟਾਇਰਾਂ ਵਾਲੀ ਲੈ ਦੇ ਜਿਪਸੀ ਕਾਲੀ ਇਹ ਅਸੀਂ ਸਾਡੇ ਦਾਦੇ ਸਾਡੇ ਪਿਓ ਉਦੋਂ ਕੀ ਕਹਿੰਦੇ ਹੁੰਦੇ ਸੀ ਮਾਂ ਪਿਓ ਨੂੰ ਬਾਪੂ ਮੈਂ ਘੋੜੀ ਲੈਣੀ ਆ ਬਾਪੂ ਮੈਂ ਕੈਂਠਾ ਬਣਾਉਣਾ ਬਾਪੂ ਆ ਲਾਗੇ ਪੈਲੀ ਵਿਕਦੀ ਲੈ ਲਈਏ ਅੱਜ ਸਾਡੇ ਬੱਚੇ ਕੀ ਮੰਗਣ ਡੇ ਸਾਡੇ ਕੋਲੋਂ ਕਾਲੀ ਟੱਪ ਜਪਾ ਤੇ ਪਿਸਟਲ ਮੇਰੇ ਮੋਟੀ ਟੰਗ ਚੌੜੇ ਚੌੜੇ ਟਾਇਰਾਂ ਵਾਲੀ ਲੈ ਦੇ ਜਿਪਸੀ ਕਾਲੀ ਟੱਪ ਜਪਾ ਤੇ ਪਿਸਟਲ ਮੇਰੇ ਮੋਟੇ ਤੌਰ ਮੁੰਡੇ ਦਾ ਵੇਖੀ ਸਾਰੇ ਆਖਣ ਲਾ ਕੇ ਦੇ ਆਖਣ ਲਾ ਕੇ ਦੇ ਦੋ ਚਾਰ ਸ਼ੌਂਕ ਪਕਾ ਦੇ ਬਾਪੂ ਆਪਣੇ ਕਾਕੇ ਦੇ ਦੋ ਚਾਰ ਸ਼ੌਂਕ ਪਕਾ ਦੇ ਬਾਪੂ ਆਪਣੇ ਕਾਕੇ ਦੇ ਹੋਜੂ ਤੇਰਾ ਮੁੰਡਾ ਕਮਾ ਉਧਰੋਂ ਵੀ ਤਾਂ ਮੋੜਾਂ ਉੱਤੇ ਹੁੰਦੀਆਂ ਵੇਖ ਸਲਾਮਾਂ ਕੀ ਹੋਇਆ ਜੇ ਫਿਰ ਤੂੰ ਹੋਜੂ ਤੇਰਾ ਮੁੰਡਾ ਕਮਾ ਉਧਰੋਂ ਵੀ ਤਾਂ ਮੋੜਾਂ ਉੱਤੇ ਹੁੰਦੀਆਂ ਕੋਈ ਪੁਲਸੀਆ ਰੋਕ ਨੀ ਸਕਦਾ ਲੱਗੇ ਨਾ ਕਿਤੇ ਲੱਗੇ ਨਾ ਕਿਤੇ ਸੈਟਲ ਦੇ ਜਿਹੜਾ ਸਭ ਤੋਂ ਮਹਿੰਗਾ ਏ ਨੰਬਰ ਵੀ ਇੱਕ ਵੀ ਆਈ ਪੀ ਦਿਲ ਮੇਰਾ ਕਹਿੰਦਾ ਐਪਲ ਦਾ ਇੱਕ ਸੈ
ਫਲੈਟ ਲੈ ਦੇ ਜਿਹੜਾ ਸਭ ਤੋਂ ਮਹਿੰਗਾ ਏ ਨੰਬਰ ਵੀ ਇੱਕ ਵੀ ਆਈ ਪੀ ਦਿਲ ਮੇਰਾ ਕਹਿੰਦਾ ਏ ਸਾੜੂ ਵੇਖ ਸ਼ਰੀਕ ਮੈਂ ਸਾਰੇ ਆਸੇ ਪਾਸੇ ਦੇ ਆਸੇ ਪਾਸੇ ਦੇ ਹੋਟਲ ਸ਼ਾਮ ਬਣਾ ਦੇ ਬਾਪੂ ਆਪਣੇ ਕਾਕੇ ਦੇ ਹੋਟਲ ਸ਼ਾਮ ਬਣਾ ਦੇ ਬਾਪੂ ਆਪਣੇ ਕਾਕੇ ਦੇ ਹੋਟਲ ਸ਼ਾਮ ਬਣਾ ਦੇ ਬਾਪੂ ਆਪਣੇ ਕਾਕੇ ਦੇ ਜਿਹੜਾ ਡੁਗ ਡੁਗ ਕਰਦਾ ਜਾਵੇ ਸੈਦਪੁਰੇ ਦਾ ਗੋਪੀ ਵੀ ਹੁਣ ਸੂਟ ਬ੍ਰਾਂਡਡ ਪਾਵੇ ਫੁੱਟ ਲੈ ਦਿਓ ਬਾਪੂ ਜੀ ਜਿਹੜਾ ਡੁਗ ਡੁਗ ਕਰਦਾ ਜਾਵੇ ਸੈਦਪੁਰੇ ਦਾ ਗੋਪੀ ਵੀ ਹੁਣ ਸੂਟ ਬ੍ਰਾਂਡਡ ਪਾਵੇ ਗੀਤ ਵੱਜਣਗੇ ਯਾਰਾਂ ਦੇ ਹੁਣ ਵਿਆਹ ਨਾ ਠਾਕੇ ਤੇ ਦਿਲ ਰੋ ਰੋ ਭੁੱਬਾ ਮਾਰੇ ਵੇ ਪਾਲਿਆ ਹੀ ਮੇਰਾ ਜਿਹੜਾ ਕੇ ਮਾਰਦਾ ਖਾ ਖਾ
ਤੂੰ
ਗੀਤ ਕੱਢ। ਇੱਕ ਨਵਾਂ ਗੀਤ ਆ ਰਿਹਾ ਮੇਰਾ, ਲੋਕਾਂ ਨੇ ਹਥਿਆਰਾਂ ਦੀਆਂ ਗੱਲਾਂ ਕੀਤੀਆਂ, ਇਹਨੂੰ ਮਾਰਤਾ, ਇਹਨੂੰ ਕਰਤਾ, ਉਹ ਹੋਇਆ। ਇਹ ਨਵਾਂ ਗੀਤ ਆ, ਇਸ ਤੋਂ ਬਾਅਦ ਪੱਗ ਤੇਰੇ ਬਾਬਲ ਦੀ ਭਾਜੂਣੀ ਹੁਕਮ ਕਰਕੇ ਗਏ ਆ। ਇਹ ਇਸ ਗੀਤ ਨੂੰ ਬੜਾ ਪਿਆਰ ਦਿੱਤਾ ਤੁਸੀਂ, ਧੀਆਂ ਦੀ ਗੱਲ ਆ। ਇਹ ਮੇਰੀਆਂ ਧੀਆਂ ਬੈਠੀਆਂ ਨੇ, ਉਹ ਭੈਣਾਂ ਮੇਰੀਆਂ, ਕਿਉਂਕਿ ਮੈਨੂੰ ਪਤਾ ਕਿ ਸਮਾਂ ਲੇਟ ਹੋ ਗਿਆ ਜ਼ਿਆਦਾ, ਇਹੀ ਟਾਈਮ ਹੈ ਧਾਰਾ ਕੱਢਣ ਦਾ, ਰੋਟੀ ਟੁੱਕ ਕਰਨ ਦਾ। ਪਰ ਕੋਈ ਨਹੀਂ, ਅੱਜ ਦੀ ਦਿਹਾੜੀ ਥੋੜ੍ਹਾ ਸਾਡੇ ਵੀਰ ਜਿਹੜੇ ਘਰ ਬੈਠੋ ਲੇਟ ਖਾ ਲੈਣਗੇ, ਡੰਗਰਾਂ ਨੂੰ ਪੱਠੇ ਲੇਟ ਪੈ ਜਾਣਗੇ, ਧਾਰਾਂ ਲੇਟ ਕੱਢ ਲਿਓ। ਪਰ ਉਹ ਨਦੀ ਨਾਮ ਸੰਜੋਗੀ ਮੇਲੇ, ਇਨਸਾਨ ਦਾ ਪਤਾ ਕੋਈ ਨਹੀਂ ਹੁੰਦਾ ਕਦੋਂ ਕਿੱਥੇ ਚਲੇ ਜਾਣਾ, ਕੀ ਹੋਣਾ ਉਹਨੂੰ। ਕੁਲਦੀਪ ਰੰਧਾਵਾ ਤੁਹਾਡੇ ਪਿੰਡ ਆਇਆ, ਸੁਣਿਓ ਜਿਹੜੀਆਂ ਮੈਂ ਗੱਲਾਂ ਕਰ ਜਣੇ, ਜੋ ਗਾ ਜਾਣਾ ਮੁੜ ਕੇ ਕਿਸੇ ਨਹੀਂ ਗਾਉਣਾ, ਕਿਉਂਕਿ ਅਸਲੀ ਸੱਚ ਬੋਲਣਾ ਸਾਡੇ ਹੀ ਸਹਿਰ ਰੰਧਾਵਾ ਪਰਿਵਾਰ ਦੇ। ਬਹੁਤ ਸਨਮਾਨ, ਬਹੁਤ ਸਾਰਾ ਸਤਿਕਾਰ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਹਜ਼ਰਤ ਦਾਤਾ ਪੰਜ ਪੀਰ ਸੱਚੀ ਸਰਕਾਰ, ਸਾਡੇ ਪ੍ਰਧਾਨ ਸਾਹਿਬ ਕੈਸ਼ੇ ਸਾਹਿਬ ਔਰ ਜਿੰਨੇ ਵੀ ਸਤਿਕਾਰਯੋਗ ਸਾਹਮਣੇ ਸੱਜਣ ਬੈਠੇ ਨੇ, ਸਾਰਿਆਂ ਵੱਲੋਂ ਬਹੁਤ ਸਾਰਾ ਸਤਿਕਾਰ ਹੈ। ਸਾਡੀਆਂ ਭੈਣਾਂ ਵੱਲੋਂ ਬਹੁਤ ਸਾਰਾ ਪਿਆਰ ਹੈ। ਔਰ ਸਤਿਕਾਰਯੋਗ ਸਾਡੇ ਵੀਰ ਸਰਦਾਰ ਅਰਸ਼ਦੀਪ ਸਿੰਘ ਜੀ ਨਾਹਰ ਸਾਹਿਬ UK ਤੋਂ, ਆਪਣੇ ਪਾਪਾ ਜੀ ਸਰਦਾਰ ਲੈਂਬਰ ਸਿੰਘ ਜੀ ਨਾਹਰ ਸਾਹਿਬ, ਉਹਨਾਂ ਦੇ ਨਾਂ ਤੋਂ ਸਪੈਸ਼ਲ ਤੌਰ 'ਤੇ 500 ਰੁਪਏ ਦਾ ਮਾਣ ਭੇਜਦੇ ਨੇ, ਸ਼ੁਕਰਗੁਜ਼ਾਰ ਹਾਂ। ਔਰ ਤੁਹਾਡਾ ਸਾਰਿਆਂ ਦਾ ਵੀ ਸ਼ੁਕਰਗੁਜ਼ਾਰ, ਜਿਹੜੇ ਇਹਨਾਂ ਪਿਆਰ ਦੇ ਰਹੇ ਹੋ, ਇਹਨਾਂ ਸਤਿਕਾਰ ਦੇ ਰਹੇ ਹੋ, ਇਹਨਾਂ ਸਤਿਕਾਰਯੋਗ ਸ਼ਖਸੀਅਤਾਂ ਦਾ ਤਹਿ ਦਿਲ ਧੰਨਵਾਦ, ਕਿਉਂਕਿ ਤੁਸੀਂ ਮਿਲੇ, ਹੋਰ ਕੀ ਮੰਗਣਾ ਹੈ ਤੁਸੀਂ, ਕਿਸੇ ਕਬੂਲ ਦਬਾਅ ਵਰਗੇ, ਅੰਮ੍ਰਿਤ ਵੇਲੇ ਦੇ ਬੋਲ ਜਏ, ਤੀਰਥ ਨੂੰ ਜਾਂਦੇ ਰਾਹ ਵਰਗੇ, ਤੁਸੀਂ ਦੇਵੀ ਦੀ ਮਜਬੂਰੀ ਹੋ, ਸਹੋਤੇ ਦੀ ਕਮਜ਼ੋਰੀ ਹੋ, ਤੁਹਾਡੇ ਬਿਨਾਂ ਗੁਜ਼ਾਰਾ ਨਹੀਂ ਹੋਣਾ, ਤੁਸੀਂ ਆਉਂਦੇ ਜਾਂਦੇ ਸਾਹ ਵਰਗੇ ਸੁਸਾਂ ਤੋਂ ਅਜੀਤ ਸਾਰੇ ਸਤਿਕਾਰ ਜੋ ਤੇਰੇ। ਆਓ ਜੀ, ਪਿਆਰੇ ਪਿਆਰੇ ਗੀਤਾਂ ਅਤੇ ਪਿਆਰੇ ਪਿਆਰੇ ਗੱਲਾਂ ਦੇ ਨਾਲ ਜਨਾਬ ਕੁਲਦੀਪ ਰੰਧਾਵਾ। ਪੰਜਾਬ ਲਾਈਵ, ਸਾਡੇ ਵੀਰ ਲਾਈਵ ਕਰ ਰਹੇ, ਡਿੰਪੀ ਸਾਊਂਡ, ਬੜੇ ਪਿਆਰੇ ਵੀਰ, ਬਹੁਤ ਸਾਊਂਡ, ਪੰਜਾਬ ਲਾਈਵ ਸ਼ੋ। ਇਹ ਥੋੜ੍ਹੀ ਜਿਹੀ ਕਈ ਵਾਰ ਰੇਂਜ ਦੀ ਪ੍ਰੋਬਲਮ ਆਉਂਦੀ ਤੁਹਾਡਾ ਆਪਣੇ ਪਿੰਡਾਂ 'ਚ, ਜਦੋਂ ਮੈਂ ਆ ਰਿਹਾ ਸੀ ਮਾੜੀ ਜਿਹੀ ਪ੍ਰੋਬਲਮ ਆਈ ਰੇਂਜ ਦੀ, ਮੇਰੇ ਦੋਸਤ ਨੇ US 'ਚ ਵੇਖਣ ਦੇ, ਬਾਲ ਸਾਹਿਬ ਕੈਲੀਫੋਰਨੀਆ, ਉਹ ਆਉਂਦੇ ਮਾੜਾ ਜਿਹਾ ਆਪਣੇ ਫੋਨ ਤੋਂ ਲਾਈਵ ਕਰਦੇ, ਥੋੜ੍ਹਾ ਜਿਹਾ ਕੀਤਾ, ਮੁੜ ਕੇ ਉਹਨਾਂ ਨੇ ਫੋਨ ਕਰਤਾ ਕਿ ਹੁਣ ਠੀਕ ਹੋ ਗਿਆ, ਵਧੀਆ ਹੋ ਗਿਆ। ਆਹ ਵੇਖ ਰਹੇ ਬੜੇ ਪਿਆਰੇ ਮੀਰ ਮੇਰੇ ਬਾਲ ਸਾਹਿਬ, ਮਿਹਰਬਾਨੀ, ਸੁਣਿਓ। ਇੱਕ ਬੰਦਾ ਲਾਇਸੈਂਸ ਬਣਾਉਣ ਗਿਆ ਰਾਈਫਲ ਦਾ, ਪਿਸਤੌਲ ਦਾ ਨਹੀਂ ਬਣਿਆ। ਸਾਡੀਆਂ ਸਰਕਾਰਾਂ ਇੱਦਾਂ ਦੀਆਂ, ਜਿਹੜੀ ਮਰਜ਼ੀ ਸਰਕਾਰ ਆ ਜਾਵੇ ਉਹ ਪੈਸਾ ਚੱਲਦਾ ਨਹੀਂ ਬਣਿਆ। ਦੁਖੀ ਹੋ ਕੇ UP ਚਲੇ ਗਿਆ, ਆਂਦਾ ਰੱਖਣੇ ਨੇ ਸ਼ੌਂਕ ਆ, 2 ਨੰਬਰ ਦਾ ਰੱਖ ਲੈਣੇ ਆ। UP ਜਾ ਕੇ ਦੁਕਾਨ ਵਾਲੇ ਨੂੰ ਕਹਿੰਦਾ, ਭਾਜੀ ਇਹਨਾਂ ਕਿੰਨਾ ਕੁ ਮੁੱਲ ਆ ਰਾਈਫਲ ਦਾ? ਆਂਦਾ ਇਸ ਟਾਈਮ 'ਤੇ ਕੋਈ ਮੁੱਲ ਨਹੀਂ, ਇਹਦਾ ਚੱਲਣ ਤੋਂ ਬਾਅਦ ਪੈਂਦਾ, ਕਿਉਂਕਿ ਹਥਿਆਰ ਵੇਚਣ ਵਾਲੇ ਵੀ ਦੱਸ ਦਿੰਦੇ ਆ ਵੀ ਧਿਆਨ ਨਾਲ
ਕਿਉਂਕਿ ਸ਼ਰਾਬ ਦੇ ਬੋਤਲ ਦੇ ਬਾਹਰ ਲਿਖਿਆ ਹੁੰਦਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਤੰਬਾਕੂ ਦੀਆਂ ਪੁੜੀਆਂ ਦੇ ਬਾਹਰ ਲਿਖਿਆ ਹੁੰਦਾ ਇਹ ਕੈਂਸਰ ਤੁਹਾਨੂੰ ਹੋ ਸਕਦੀ ਹੈ, ਸਿਗਰਟ ਦੀ ਡੱਬੀ ਦੇ ਬਾਹਰ ਲਿਖਿਆ ਹੁੰਦਾ ਤੁਸੀਂ ਕੈਂਸਰ ਦੇ ਸ਼ਿਕਾਰ ਹੋ ਸਕਦੇ ਹੋ। ਉਹ ਆਗਾਜ਼ ਕਰਦੇ ਸਾਨੂੰ ਪਰ ਅਸੀਂ ਮੰਨਦੇ ਨਹੀਂ। ਅਤੇ ਹਥਿਆਰ ਵੇਚਣ ਵਾਲੇ ਵੀ ਦੱਸਦੇ ਆ ਵੀ ਇਹਨੂੰ ਸਾਂਭ ਰੱਖ, ਸਾਂਭਣਾ ਨਾ, ਵਿਖਾਉਣਾ ਨਾ, ਚਲਾਉਣਾ, ਇਹਦਾ ਡਰ ਹੁੰਦਾ। ਕਿਉਂਕਿ ਜਦੋਂ ਅਸੀਂ ਬੰਦਾ ਮਾਰਤਾ ਜੇਲ੍ਹ ਚਲੇ ਗਏ ਅਤੇ ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੇ ਹਵੇਲੀ ਦੀਆਂ 15-15 ਫੁੱਟ ਕੰਧਾਂ ਉੱਚੀਆਂ, 24 ਘੰਟੇ ਗੇਟ ਬੰਦ, ਅਸੀਂ ਆਪਣੀ ਧੀ ਨੂੰ, ਆਪਣੀ ਭੈਣ ਨੂੰ ਕੀ ਕਹਿੰਦੇ ਹਾਂ? ਅਸੀਂ ਚੱਲੇ ਹਾਂ ਕਿਤੇ ਕੰਮ, ਜੇ ਕਿਤੇ ਗੇਟ ਥਾਣੀ ਵੇਖਿਆ ਕੋਠੇ 'ਤੇ ਚੜ੍ਹੀਆਂ ਧੌਣ ਲਾ ਦਿਆਂਗੇ, ਚਾਰ ਦੁਆਰੀ ਦੇ ਅੰਦਰ ਰਹਿਣਾ। ਕਿਉਂ? ਕਿ ਸਾਡੀਆਂ ਧੀਆਂ ਨੂੰ ਵੇਖੇ ਕੋਈ ਨਾ, ਸਾਡੀਆਂ ਭੈਣਾਂ ਨੂੰ ਵੇਖੇ ਕੋਈ ਨਾ। ਜਦੋਂ ਬੰਦਾ ਮਾਰਦੇ ਹਾਂ ਜੇਲ੍ਹ ਜਾਂਦੇ ਹਾਂ, ਉਹੀ ਸਾਡੀਆਂ ਧੀਆਂ, ਉਹੀ ਸਾਡੀਆਂ ਭੈਣਾਂ, ਉਹੀ ਸਾਡੀ ਮਾਂ ਜਾ ਕੇ ਸ਼ਰੀਕਾਂ ਦੀਆਂ ਪੈਂਦਾਂ 'ਤੇ ਬਹਿੰਦੀ ਹੈ ਜਮਾਨਤ ਕਰਾਉਣ ਵਾਸਤੇ, ਭਾਈਆ ਜੀ, ਫੁੱਫੜ ਜੀ, ਫਲਾਣ ਢੀਂਗ ਜੀ, ਆਓ ਚੱਲੀਏ, ਫਿਰ ਰਿਸ਼ਤੇਦਾਰ ਆਖੇ ਨਹੀਂ ਲੱਗਦੇ। ਅਤੇ ਕਈ ਮੇਰੇ ਵਰਗੇ ਪਿੰਡ 'ਚ ਇਹੋ ਜਿਹੇ ਹੁੰਦੇ ਵਾਧੂ ਜੇ, ਜਿਨ੍ਹਾਂ ਨੂੰ ਕੁੱਤੀ ਵੀ ਸਾਈਡ ਦੇ ਕੇ ਲੰਘਦੀ ਆ ਵੀ ਇਹ ਕਿੱਦੋਂ ਤੁਰਿਆ ਹੁੰਦਿਆ, ਉਹ ਬੰਦੇ ਮੁੜ ਕੇ ਸਾਡੇ ਵਿਹੜਿਆਂ ਜਾ ਕੇ ਮੁੱਛਾਂ ਨੂੰ ਵੜਦੇ, ਕਹਿੰਦੇ ਭਾਬੀ ਚੱਲੀਏ ਮੁਲਾਕਾਤ ਕਰਨ ਭਰਾ ਦੀ। ਆਹ ਹਾਲਾਤ ਬਣਦੇ ਸਾਡੇ ਜਦੋਂ ਅਸੀਂ ਬੰਦਾ ਮਾਰਦੇ ਹਾਂ। ਸੁਣਿਓ ਕੀ ਹੋਇਆ, ਉਹ 2 ਨੰਬਰ ਵਿੱਚ ਯੂਪੀ ਤੋਂ ਮੰਗਵਾਉਣੀ ਸੌਖੀ ਏ, ਖਿੱਚ ਕੇ ਫੋਟੋ ਫੇਸਬੁੱਕ ਤੇ ਪਾਉਣੀ ਸੌਖੀ ਏ। ਹੁਣ ਕਈ ਮੰਗਵਾਂ ਪਿਸਟਲ ਲੈ ਕੇ ਫੋਟੋ ਖਿੱਚ ਕੇ, ਮੰਗਵੀ ਰਫਲ ਲੈ ਕੇ ਫੋਟੋ ਫੇਸਬੁੱਕ 'ਤੇ ਪਾ ਦਿੰਦੇ ਆ, ਵਟਸਐਪ 'ਤੇ ਲਾ ਦਿੰਦੇ ਆ, ਉਹ ਪਤਾ ਨਹੀਂ ਮੁੜ ਕੇ ਆਪਣੇ ਹਥਿਆਰ ਸਾਂਭ ਕੇ ਅਮਰੀਕਾ ਚਲੇ ਜਾਂਦਾ, ਅਤੇ ਮਗਰ ਉਹ ਡਾਂਗ ਖਾਣ ਡੇ ਹੁੰਦੇ ਆ, ਛਿੱਤਰ ਖਾਣ ਡੇ ਹੁੰਦੇ ਵੀ ਇਹ ਕਿੱਥੇ ਹੀ, ਆਹ ਜਿਹੜੀ ਪਾਈ ਤੂੰ ਟਾਵਰ ਨਹੀਂ ਬਣਾਈਦਾ। 2 ਨੰਬਰ ਵਿੱਚ ਯੂਪੀ ਤੋਂ ਮੰਗਵਾਉਣੀ ਸੌਖੀ ਏ,